ਤੇ ਹੁਣ ਦੋਸਤੋ ਜੇ ਮੈਂ ਇਹਦੀ ਡਿਫਰੈਂਸ ਦੀ ਗੱਲ ਕਰਾਂ ਜੀ ਬਹੁਤ ਵੱਡਾ ਡਿਫਰੈਂਸ ਜਿਹੜਾ ਹੈਗਾ ਜੀ ਰੈਗੂਲਰ ਮਾਡਲ ਨਾਲੋਂ ਉਹ ਹੈਗਾ ਜੀ ਪ੍ਰਾਈਸ ਦਾ ਜਿਹੜਾ ਰੈਗੂਲਰ ਮਾਡਲ ਨਾਲੋਂ ਇਹਦਾ ਡਿਫਰੈਂਸ ਇਹ ਆ ਜੀ ਉਹ 70000 ਦਾ ਡਿਫਰੈਂਸ ਆ ਜੋ ਕਿ ਮੈਨੂੰ ਬਹੁਤ ਜ਼ਿਆਦਾ ਲੱਗਦਾ ਆ ਤੇ ਕੰਪਨੀ ਨੂੰ ਇਹਦੇ ਵੱਲ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਜੀ ਕੋਸਟ ਥੋੜੀ ਘੱਟ ਕਰਨੀ ਚਾਹੀਦੀ ਆ ਔਰ ਜਿਵੇਂ ਕਿ ਆਪਾਂ ਫੁੱਲ ਪੇਮੈਂਟ ਦੇ ਅਗਰ ਲੈ ਰਹੇ ਸੀਗੇ ਜੀ ਰੈਗੂਲਰ ਮਾਡਲ ਤੇ ਕੰਪਨੀ 10000 ਡਿਸਕਾਊਂਟ ਦੇ ਰਹੀ ਸੀਗੀ ਪੇਮੈਂਟ ਤਾਂ ਇਹਦੀ ਵੀ ਫੁੱਲ ਗਈ ਆ ਪਰ ਇਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਆਂ ਜੀ ਉਹ ਆਪਾਂ ਸੁਪਰ ਸੀਡਰ ਦੇ ਰਿਗਾਰਡਿੰਗ ਲੈ ਕੇ ਆਏ ਆਂ ਕਿਉਂਕਿ ਇਸ ਟਾਈਮ ਆ ਜੀ ਜਿਹੜੀ ਸੁਪਰ ਸੀਡਰ ਦੀ ਖਰੀਦ ਪੂਰੇ ਜ਼ੋਰਾਂ ਤੇ ਹੋ ਰਹੀ ਹੈ ਜੀ ਤੇ ਆਪਾਂ ਵੀ ਇਹ ਕੱਲੀ ਪਰਚੇਸ ਕਰਿਆ ਜੀ ਤੇ ਇਹਦੇ ਚ ਖਾਸ ਕੀ ਹੈ ਉਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਜੀ ਇਹ ਹੈਗਾ ਜੀ ਐਗਰੀ ਜ਼ੋਨ ਦਾ ਸੁਪਰ ਸੀਡਰ ਕੈਪਟਨ ਮਾਡਲ ਆ ਜੀ 2024 ਮਾਡਲ ਆ ਇਹ ਤੇ ਮੇਨ ਜਿਹੜੀ ਇਹਦੀ ਖਾਸੀਅਤ ਆ ਜੀ ਆਹਾ ਪਲੈਂਟਰੀ ਗੇਅਰ ਬਾਕਸ ਦੇ ਨਾਲ ਆ ਜੀ ਠੀਕ ਹੈ ਤੇ ਇਹਦੀ ਡਿਟੇਲ ਆਪਾਂ ਅੱਜ ਲਵਾਂਗੇ ਜੀ ਬਾਕੀ ਪਤਾ ਤਾਂ ਇਹ ਤਾਂ ਲੱਗਣਾ ਜੀ ਡੈਮੋ ਹੋਊਗੀ ਜਦੋਂ ਖੇਤ ਦੇ ਵਿੱਚ ਪਰ ਫਿਲਹਾਲ ਅਜੇ ਖੇਤ ਖਾਲੀ ਨਹੀਂ ਹੈਗੇ ਤੇ ਇਸ ਕਰਕੇ ਆਪਾਂ ਇੱਕ ਵਾਕਾ ਰੌਂਡ ਤੁਹਾਨੂੰ ਦੇ ਦਿੰਨੇ ਆ ਬਾਕੀ ਫੁੱਲ ਵੀਡੀਓ ਆਪਾਂ ਜਲਦ ਲੈ ਕੇ ਆਵਾਂਗੇ ਇਹਦੀ ਟੈਸਟਿੰਗ ਦੀ ਤੇ ਚਲੋ ਜੀ ਸ਼ੁਰੂ ਕਰਦੇ ਆ ਵੀ ਰੈਗੂਲਰ ਮਾਡਲ ਨਾਲੋਂ ਇਹਦੇ 'ਚ ਕੀ ਡਿਫਰੈਂਸ ਸੀ ਹੈਗੇ ਆ ਸਭ ਤੋਂ ਪਹਿਲਾਂ ਜੀ ਡਿਫਰੈਂਸ ਜਿਹੜਾ ਮੇਨਲੀ ਆਪਾਂ ਇਹਦੀ ਗੱਲ ਕਰੀਏ ਜੀ ਤੇ ਇਹਦੀ ਮੈਂ ਸਾਈਜ਼ ਦੀ ਗੱਲ ਕਰਾਂ ਜੀ 8 ਫੁੱਟ ਹੈ ਜੀ ਕਿਉਂਕਿ ਜਿਹੜਾ ਪਲੈਂਟਰੀ ਹੈ ਜੀ ਉਹ 8 ਫੁੱਟ ਤੋਂ ਹੀ ਸ਼ੁਰੂ ਹੁੰਦਾ ਆ ਤੇ ਆਹ ਇਹਦੀ ਖਾਸੀਅਤ ਆ ਜੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਆਹ ਸਾਈਡ ਤੇ ਪਲੈਨਟਰੀ ਗੇਅਰ ਬਾਕਸ ਲੱਗਿਆ ਹੋਇਆ ਜੀ ਤੇ ਆਹੀ ਇਹਦਾ ਜਿਹੜਾ ਮੇਨ ਇਹਦਾ ਉਹ ਆ ਜੀ ਮਤਲਬ ਲੋਡ ਇਹ ਬਹੁਤ ਘੱਟ ਲੈਂਦਾ ਜੀ 50 HP ਰეკਮੈਂਡਡ ਕਰਦੇ ਆ ਜੀ ਇਹ ਟਰੈਕਟਰ ਜਿਹੜਾ 8 ਫੁੱਟ ਆ ਉਹਨੂੰ 50 HP ਕਹਿੰਦੇ ਬੜੇ ਆਰਾਮ ਨਾਲ ਚਲਾਊਗਾ ਜੀ ਠੀਕ ਹੈ ਤੇ ਮੇਨ ਖਾਸੀਅਤ ਆਹ ਹੋਊਗੀ ਤੇ ਹੋਰ ਵੀ ਜਿਹੜੇ ਰੈਗੂਲਰ ਮਾਡਲ ਨਾਲੋਂ ਦੋ ਤਿੰਨ ਚੇਂਜਸ ਇਹਦੇ 'ਚ ਹੈਗੇ ਆ ਜੇ ਮੈਂ ਗੱਲ ਕਰਾਂ ਜੀ ਇਹਦੀ ਮੇਨ ਜਿਹੜਾ ਰੈਗੂਲਰ ਮਾਡਲ ਹੈ ਜੀ ਉਹਦੇ ਨਾਲ ਜਿਹੜਾ ਇਹ ਪਿੱਛੇ ਇਹਦਾ ਰੋਲਰ ਦਿੱਤਾ ਹੋਇਆ ਜੀ ਇਹ ਆ ਜੀ ਜਿਹੜਾ ਇਹਦਾ ਬਿਲਕੁਲ ਪਲੇਨ ਨਹੀਂ ਹੈਗਾ ਇਹਦੇ ਵਿੱਚ ਕਟ ਸੈਕਸ਼ਨ ਦਿੱਤੇ ਹੋਏ ਆ ਜਿੱਥੇ ਮਤਲਬ ਆਪਣੀ ਕਣਕ ਦੇ ਸਿਆੜ ਹੋਣੇ ਆ ਉੱਥੇ ਇਹ ਖਾਲੀ ਚੱਲੂਗਾ ਤੇ ਮਿੱਟੀ ਪਾਉਣ ਦਾ ਕੰਮ ਜੀ ਆਹ ਚੀਜ਼ ਕਰੂਗੀ ਜੀ ਯਾਨੀ ਕਿ ਇਹ ਜਿਹੜਾ ਰੋ ਹੋਏਗੀ ਉਹਨੂੰ ਇਹ ਉੱਤਰੋਂ ਪ੍ਰੈਸ ਨਹੀਂ ਕਰੂਗਾ ਇਹ ਸਾਈਡਾਂ ਤੋਂ ਪ੍ਰੈਸ ਕਰੂਗਾ ਤੇ ਮਿੱਟੀ ਆਪ ਹੀ ਵਿੱਚੇ ਚਲੀ ਜਾਊਗੀ ਠੀਕ ਹੈ ਜੀ ਤੇ ਦੂਜਾ ਆਹ ਜੀ ਇਹ 스프ਿੰਗਾ ਦੀ ਥਾਂ ਤੇ ਇਹਨਾਂ ਨੇ ਅਸ਼ੋਕਰ ਦਿੱਤੇ ਆ ਜੀ ਜਿਹੜੇ ਰੈਗੂਲਰ ਮਾਡਲ ਚ ਵੀ ਸ਼ੋਕਰ ਆਏ ਸੀਗੇ ਜੀ ਉਹ ਇਥੋਂ ਉਹਨਾਂ ਚ ਮਿੱਟੀ ਘੱਟਾ ਪੈਣ ਦੀ ਬਹੁਤ ਸਮੱਸਿਆ ਹੁੰਦੀ ਸੀਗੀ ਜੀ ਇਹ ਇਹਨਾਂ ਨੇ ਪੂਰੇ ਸ਼ੀਲਡ ਕਰਤੇ ਆ ਤੇ ਆ ਵੀ ਇੱਕ ਇਹਦੇ ਚ ਉਹ ਹੈਗਾ ਜੀ ਬਾਕੀ ਆ ਤੁਸੀਂ ਦੇਖ ਲਓ ਜੀ ਤੇ ਮੇਨ ਜਿਹੜਾ ਇਹਨੂੰ ਲੈਣ ਦਾ ਕਾਰਨ ਆਪਣੇ ਕੋਲ ਸੀਗਾ ਜੀ ਲਾਸਟ ਇਅਰ ਵੀ ਆਪਾਂ ਕੋਲੇ ਜਿਹੜੇ ਆਪਣੇ ਪੁਰਾਣੇ ਭਰਾ ਆ ਜੀ ਉਹ ਜਾਣਦੇ ਆ ਆਪਣੇ ਕੋਲ ਗੁਰਬਾਜ਼ ਦਾ ਸੁਪਰਸੀਡਰ ਸੀਗਾ ਜੀ ਉਹਦੇ ਚ ਵੀ ਕਿਉਂਕਿ ਕੰਪਨੀ ਕਹੇ ਤਾਂ ਦਿੰਦੀਆਂ ਆ ਵੀ 5 ਮਿੰਟ ਵਿੱਚ ਰੋਟਾਵੇਟਰ ਬਾਈ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਕਾਫੀ ਟਾਈਮ ਲੱਗਦਾ ਜੀ ਬਣਾਉਣ ਨੂੰ। ਉਹ ਰੋਟਾਵੇਟਰ ਇਹਨੂੰ ਕਹਿੰਦੇ ਆ ਜੀ ਵੀ ਆਹ ਚੀਜ਼ ਉੱਤੇ ਵਾਲੀ ਅੱਡ ਹੋ ਕੇ ਤੇ ਇਹ ਰੂਲਰ ਜਿਹੜਾ ਨਾਲ ਹੀ ਰਹਿ ਜਾਂਦਾ ਜੀ ਇਹਨੂੰ ਰੋਟਾਵੇਟਰ ਆਮ ਭਾਸ਼ਾ 'ਚ ਕਹਿ ਦਿੰਦੇ ਆ ਪਰ ਪ੍ਰੋਪਰ ਜਿਹੜਾ ਰੋਟਾਵੇਟਰ ਹੁੰਦਾ ਜੀ ਉਹ ਬਣਨਾ ਹੈਗਾ ਜੀ ਇੱਥੇ ਫੱਟਾ ਲੱਗ ਕੇ। ਠੀਕ ਹੈ ਜੀ। ਤੇ ਇਹਦੇ ਨਾਲ ਆਪਾਂ ਨੂੰ ਫੱਟਾ ਵੀ ਮਿਲੂਗਾ ਚਲੋ ਅਜੇ ਹੈਗਾ ਨਹੀਂ ਆਪਣੇ ਕੋਲੇ ਉਹ ਆਜੂਗਾ 2-4 ਦਿਨ 'ਚ ਤੇ ਆਪਾਂ ਇਹ ਨਾਲ ਲਿਆ ਜੀ ਫੱਟਾ ਵੀ ਇਹਦਾ। ਤੇ ਜੇ ਨੂੰ ਰੋਟੇਟਰ ਬਣਾਉਣਾ ਹੋਵੇ ਜੀ ਤੇ ਇਹ ਜਿਹੜਾ ਗੇਅਰ ਬਾਕਸ ਹੈ ਜਿਹਦੇ 샤ਫਟ ਦਿੱਤੀ ਹੋਈ ਆ ਠੀਕ ਹੈ 샤ਫਟ ਇਹਦੇ ਚ ਇਸ ਟਮ ਕਵਰ ਆ ਮੈਂ ਤੁਹਾਨੂੰ ਉਹਨੂੰ ਖੋਲ ਕੇ ਨਹੀਂ ਦਿਖਾ ਸਕਦਾ ਇਹਦੇ ਚ ਇਨ ਦਾ ਸੈਂਸ ਤੁਸੀਂ ਮਨੂੰ ਵੀ ਜਿਵੇਂ ਆਪਣਾ ਪੀਟੀਓ 샤ਫਟ ਹੁੰਦੀ ਆ ਉਹ ਹੁੰਦੀ ਆ ਇੱਥੇ ਦੋਹਾਂ ਦਾ ਵਿੱਚ ਜੋਇੰਟ ਹੁੰਦਾ ਉਹਦੇ ਤੇ ਕਪਲਿੰਗ ਹੁੰਦੀ ਉਹਦੇ ਵਿੱਚ ਪਿੰਨ ਹੁੰਦੀ ਆ ਤੁਸੀਂ ਨੋਰਮਲੀ ਜਦੋਂ ਨੂੰ ਅਲੱਗ ਕਰਨਾ ਆ ਆ ਨਟ ਖੁੱਲਣੇ ਆ ਤੇ ਉੱਤੇ ਵਾਲਾ ਜਿਹੜਾ ਇਹਦਾ ਢਾਂਚਾ ਹੈਗਾ ਡ੍ਰਿਲ ਇਹ علیحدہ ਹੋ ਜਾਣੀ ਆ ਤੇ ਇੱਥੇ ਇੱਕ ਕਪਲਿੰਗ ਆ ਜਸਟ ਉਹਨੂੰ ਤੁਸੀਂ ਰਿਮੂਵ ਉੱਤੋਂ ਕੱਢ ਗਏ ਤਾਂ ਵਿੱਚੋਂ ਪਿੰਨ ਕੱਢ ਦੇਣੀ ਆ ਇੱਧਰ ਇੱਕ ਇਹਨਾਂ ਨੇ ਉੱਤੇ ਗਾਰਡ ਦਿੱਤਾ ਹੋਇਆ ਪੀਟੀਓ ਦਾ ਉਹ ਉੱਤੇ ਲੱਗ ਜਾਣਾ ਜੀ ਤੇ ਤੁਹਾਡਾ ਪ੍ਰੋਪਰ ਰੋਟਾਵੇਟਰ ਬਣੂਗਾ ਜੀ ਬਾਕੀ ਆਮ ਜਿੰਨੇ ਵੀ ਇਸ ਟਾਈਮ ਮੋਸਟਲੀ ਆ ਰਹੇ ਹੈ ਜੀ ਸੁਪਰਸੀਡਰ ਉਹਨਾਂ ਦੇ ਵਿੱਚ ਫਿਕਸ ਗੇਅਰ ਬਾਕਸ ਆ ਜੀ ਬਣ ਤਾਂ ਚੱਲੋ ਜਾਂਦੇ ਆ ਪਰ ਉਹਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਉਹਦੇ ਵਿੱਚ ਤੁਹਾਡਾ ਸਾਰਾ ਗੇਅਰ ਬਾਕਸ ਦਾ ਔਇਲ ਨਿਕਲਦਾ ਗਰਾਰੀਆਂ ਨਿਕਲਦੀਆਂ ਇਹਦੇ ਵਿੱਚ ਕੋਈ ਐਡਾ ਦੀ ਗੱਲ ਨਹੀਂ ਹੈਗੀ ਠੀਕ ਹੈ ਮੇਨ ਇਹਦਾ ਇਹੀ ਆ ਜੀ ਇਹ weight ਵੀ ਇਹਦਾ ਬਹੁਤ ਜ਼ਿਆਦਾ ਆ ਜੀ ਉਹਦੇ ਨਾਲੋਂ 2 ਕੁਇੰਟਲ ਭਾਰੀ ਆ ਹੈਗਾ ਜੀ ਇਹ ਇਹ ਮੈਂ ਤੁਹਾਨੂੰ ਦਿਖਾ ਦਿੰਨਾ ਇਹਦਾ ਹੈਗਾ ਜੀ ਇਸ ਟਾਈਮ weight 8 ਫੁੱਟ ਦੇ ਅੰਦਰ 13 ਟਾਈਨ ਦੇ ਅੰਦਰ ਆ ਜੀ ਇਹ ਤੇ 11 ਕੁਇੰਟਲ 60 ਕਿਲੋ weight ਆ ਜੀ ਇਹਦਾ ਆ ਤੁਸੀਂ ਦੇਖੋ ਜੀ ਤੇ ਬਲੇਡ ਵੀ ਆ ਜਿਹੜਾ ਜੀ LGF ਟਾਈਪ ਦਾ ਤੇ ਇੱਧਰ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਇਹਦੇ ਵਿੱਚ ਵੀ ਕੁਝ ਚੇਂਜਸ ਕਰੇ ਗਏ ਆ ਜੀ ਇਹ ਪਿਛਲੇ ਸਾਲ ਨਾਲੋਂ ਥੋੜਾ ਹੈਵੀ ਬਣਾ ਦਿੱਤਾ ਜੀ ਇਹਦੇ ਵਿੱਚ ਇਹਨਾਂ ਨੇ ਜੜੀਆਂ ਪਾਈਪਾਂ ਜੀ ਸਕੁਅਰ ਪਾਈਪ ਦੇ ਦਿੱਤਾ ਜੀ ਇਹ ਥੋੜਾ ਹੈਵੀ ਕਰ ਦਿੱਤਾ ਤੇ ਦੋਸਤੋ ਹੁਣ ਇਹਦੇ ਜਿਹੜੇ ਆਪਾਂ ਦਾਣੇ ਵਾਲੇ ਔਰ ਖਾਦ ਵਾਲਾ ਟੈਂਕ ਹੈ ਜੀ ਉਹਦੀ ਗੱਲ ਕਰਾਂਗੇ ਤੇ ਰੈਗੂਲਰ ਮਾਡਲ ਨਾਲੋਂ ਇਹਨਾਂ ਨੇ ਇੱਕ ਇਹਦੇ ਵਿੱਚ ਆ ਥੋੜਾ ਜਿਹਾ ਪ੍ਰੀਮੀਅਮ ਬਣਾ ਦਿੱਤਾ ਜੀ ਜਿਹੜਾ ਇਹਦੇ ਵਿੱਚ ਆਪਣੀ ਖਾਦ ਪਾਉਣ ਵਾਲੀ ਹੈਗੀ ਆ ਜੀ ਟੈਂਕ ਉਹਦੇ ਵਿੱਚ ਇਹਨਾਂ ਨੇ ਗ੍ਰਿਲ ਦੇ ਦਿੱਤੀ ਆ ਇਹ ਵੀ ਆਪਣੇ ਖਾਦ ਵਿੱਚ ਡਲੀ ਪੈ ਜਾਂਦੀ ਆ ਤੁਸੀਂ ਉਤੋਂ ਦੀ ਪਾ ਸਕਦੇ ਹੋ ਜਿਹਦੇ ਛਣ ਕੇ ਤੁਹਾਡਾ ਖਾਦ ਆ ਜਿਹੜਾ ਵਿੱਚ ਤੁਹਾਨੂੰ ਸੀਡਿੰਗ ਕਰਦੇ ਹੋਏ ਕੋਈ ਪ੍ਰੋਬਲਮ ਨਹੀਂ ਆਊਗੀ ਆ ਇੱਕ ਦਿੱਤਾ ਜੀ ਇਹਨਾਂ ਨੇ ਤੇ ਬਾਕੀ ਆ ਨਾਲੇ ਦੇ ਸਟੈਂਡ ਆ ਜੀ ਜਦੋਂ ਤੁਹਾਨੂੰ ਇਹਨੂੰ ਰੋਟਾਵੇਟਰ ਬਣਾਉਣਾ ਜੀ ਇਹ ਰੋਟਾਵੇਟਰ ਕਿੱਟ ਦੇ ਵਿੱਚ ਹੀ ਆਉਂਦੀ ਆ ਠੀਕ ਹੈ ਤੇ ਫੱਟਾ ਆ ਜੀ ਜਿਹੜਾ ਇਹ ਵੀ ਇਹਨਾਂ ਨੇ ਤਕਰੀਬਨ 4 ਇੰਚ ਚੌੜਾ ਕਰ ਦਿੱਤਾ ਜੀ ਪਹਿਲੇ ਨਾਲੋਂ ਤੇ ਪਿੱਛੇ ਆਹ ਸਟੈਂਡ ਦਿੱਤਾ ਗਿਆ ਜੀ ਜਦੋਂ ਆਪਾਂ ਇਹਨੂੰ ਖੋਲਣਾ ਆ ਤੇ ਸਟੈਂਡ ਆਪਾਂ ਲਾ ਸਕਦੇ ਹਾਂ ਤੇ ਕਾਫੀ ਕੁਆਲਟੀ ਜੀ ਇੰਪਰੂਵਮੈਂਟ ਆ ਜੀ ਆ ਤੁਸੀਂ ਦੇਖੋ ਜੀ ਇਹਦੀ ਗੇਜ ਦੇਖੋ ਕਿੰਨੀ ਮੋਟੀ ਆ ਆਮ ਤੌਰ ਤੇ ਨਹੀਂ ਤਾਂ ਚਲੋ ਮੈਂ ਨਾਮ ਤਾਂ ਕੀ ਲੈਣਾ ਕਿਸੇ ਦਾ ਪਰ ਮੋਸਟਲੀ ਜਿਹੜੇ ਆ ਸੁਪਰਸੀਡਰ ਉਹਨਾਂ ਦੇ ਵਿੱਚ ਇਹਦੀ ਗੇਜ ਬਹੁਤ ਘੱਟ ਹੁੰਦੀ ਆ ਉਹ ਬਹੁਤ ਪਤਲੀ ਹੁੰਦੀ ਆ ਤੇ ਬਾਕੀ ਇਹ ਐਗਰੀ ਜ਼ੋਨ ਆ ਜਿਹੜਾ ਜੀ ਇਹ ਜਾਣਿਆ ਜਾਂਦਾ ਜੀ ਆਪ ਦੀ ਸਰਵਿਸ ਕਰਕੇ ਠੀਕ ਹੈ ਲਾਸਟ ਈਅਰ ਇਹਨਾਂ ਦੀ ਸਰਵਿਸ ਬਹੁਤ ਵਧੀਆ ਰਹੀ ਆ ਵੈਸੇ ਤਾਂ ਆਪਾਂ ਲਾਸਟ ਈਅਰ ਵੀ ਇਹੀ ਲੈਣਾ ਸੀਗਾ ਪਰ ਚਲੋ ਇਹਨਾਂ ਨੇ ਜਿਹੜੀ ਲਾਂਚਿੰਗ ਆ ਉਹ ਲੁਧਿਆਣਾ ਐਗਰੀਕਲਚਰ ਮੇਲਾ ਸੀਗਾ ਜਿਹੜਾ ਉਹਦੇ 'ਚ ਕਰੀ ਸੀਗੀ ਤੇ ਆਪਾਂ ਸੁਪਰ ਸੀਡਰ ਉਹ ਤੋਂ ਪਹਿਲਾਂ ਪਰਚੇਜ਼ ਕਰ ਚੁੱਕੇ ਸੀਗੇ ਤੇ ਉਹ ਆਪਾਂ ਹੁਣ ਸੇਲ ਕਰਕੇ ਤਾਂ ਆਹ ਲਿਆ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜਿਹੜੀ ਇਹਦੀ ਪਾਊਡਰ ਕੋਟਿੰਗ ਹੋਈ ਆ ਜਿਹੜਾ ਪੇਂਟ ਆ ਠੀਕ ਹੈ ਤੇ ਇੱਕ ਵੱਡੀ ਗੱਲ ਇਹ ਕੰਪਨੀ ਇੰਨਾ ਮਤਲਬ ਭਰੋਸਾ ਕਰਦੀ ਆ ਇਹਦੇ 'ਤੇ ਆ ਤੁਸੀਂ ਸਟicker ਲੱਗਿਆ ਦੇਖੋ ਜੀ ਪ੍ਰੀਮੀਅਮ ਮਾਡਲ ਅਪ ਟੂ 15% ਜਿਹੜੀ ਫਿਊਲ ਦੀ ਸੇਵਿੰਗ ਕਰੂਗਾ ਇਹ ਤੇ ਦੋਸਤੋ ਇਹ ਬਹੁਤ ਵੱਡੀ ਗੱਲ ਹੈ ਜੀ ਜਿਹੜੀ ਕੰਪਨੀ ਇੱਥੇ ਲਿਖ ਕੇ ਦੇ ਰਹੀ ਆ ਤੇ ਕੰਪਨੀ ਕਲੇਮ ਕਰ ਰਹੀ ਆ ਕਿ ਇਹ 15% ਜਿਹੜਾ ਆਪਣਾ ਡੀਜ਼ਲ ਸੇਵ ਕਰੂਗਾ ਠੀਕ ਹੈ ਤੇ ਬਾਕੀ ਕਿੱਦਾਂ ਲੱਗੀ ਵੀਡੀਓ ਇਹਦੀ ਚਲਦੇ ਦੀ ਵੀਡੀਓ ਆਪਾਂ ਜਲਦੀ ਪਾਵਾਂਗੇ ਤੇ ਕੋਸ਼ਿਸ਼ ਕਰਾਂਗੇ ਜੀ ਇਹਨੂੰ ਘੱਟ ਤੋਂ ਘੱਟ ਐਚਪੀ ਤੇ ਚਲਾ ਕੇ ਤੁਹਾਨੂੰ ਦਿਖਾਈਏ ਕਿਉਂਕਿ ਡਿਫਰੈਂਸ ਤਾਂ ਉਦੋਂ ਹੀ ਪਤਾ ਲੱਗਣਾ ਹੈ 50 ਐਚਪੀ ਤੇ ਤਾਂ ਕੋਈ ਡਿਫਰੈਂਸ ਨਹੀਂ ਪਤਾ ਲੱਗਣਾ ਤੇ ਕੋਸ਼ਿਸ਼ ਕਰਾਂਗੇ 35 ਤੋਂ 40 HP ਦਾ ਕੋਈ ਟਰੈਕਟਰ ਲੈ ਕੇ ਤੇ ਉਹ ਤੈਨੂੰ 8 ਫੁੱਟ ਦੇ ਨੂੰ ਆਪਾਂ ਚਲਾ ਕੇ ਟੈਸਟਿੰਗ ਕਰਕੇ ਦਿਖਾਵਾਂਗੇ ਫਿਲਹਾਲ ਆਪਣੇ ਕੋਲੇ ਕੋਈ ਵੀ ਖੇਤ ਖਾਲੀ ਨਹੀਂ ਹੈਗਾ 15-20 ਦਿਨ ਦੇ ਅੰਦਰ-ਅੰਦਰ ਆਪਣਾ ਝੋਨਾ ਇੱਥੇ ਵੱਢਿਆ ਜਾਣਾ ਜੀ ਤੇ ਉਹਦੇ ਚ ਆਪਾਂ ਟੈਸਟ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਠੀਕ ਹੈ ਕਿਦਾਂ ਦੀ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ